ਹਾਂ ਜੀ ਦੋਸਤੋ, ਬਹੁਤ ਹੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ। ਜਗਦੀਪ ਰੰਧਾਵਾ ਨੇ ਫੇਰ ਦਿੱਤੀ ਐਲੀ ਮੰਗਟ ਨੂੰ ਧਮਕੀ। ਐਲੀ ਮੰਗਟ ਅੱਜ ਦੇ ਦਿਨਾਂ 'ਚ ਪੰਜਾਬ ਆਇਆ ਹੋਇਆ ਹੈ। ਜਗਦੀਪ ਰੰਧਾਵੇ ਨੇ ਦੱਸਿਆ ਐਲੀ ਮੰਗਟ ਨੇ ਨਹੀਂ ਦੇਣ ਦਿੱਤਾ ਰੰਧਾਵੇ ਨੂੰ ਵਿਆਹ ਦਾ ਕਾਰਡ। ਹਾਂ ਜਦੋਂ ਐਲੀ ਮੰਗਟ ਹੁਣ ਵੀ ਮਤਲਬ ਪੰਜਾਬ ਫਿਰਦਾ, ਜਿਹਨੇ ਦੇਖਣਾ ਤਾਂ ਮੇਰੇ ਨਾਲ ਦੇਖ ਸਕਦਾ, ਕੋਈ ਚੱਕਰ ਨਹੀਂ। ਲਓ ਬਈ, ਗੱਲ ਇਹ ਆ ਵੀ ਮੈਂ ਐਲੀ ਮੰਗਟ ਨੇ ਮੇਰੇ 'ਤੇ ਵੀਡੀਓ ਪਾਤੀ ਸੀ ਵੀ ਰੰਧਾਵਾ ਖੇਤਾਂ 'ਚ ਨਸ਼ੇ ਕਰਦਾ ਮੋਟਰਾਂ 'ਤੇ ਬਹਿ ਕੇ। ਮੈਂ ਕਹਿੰਦਾ ਸੀ ਵੀ ਤੇਰੇ ਕਿਹੜਾ ਸਕੀਰਾਂ ਨਾਲ ਅਖਾੜੇ ਲੱਗਦੇ ਆ। ਉਦੋਂ ਮੈਂ ਆਮ ਆਦਮੀ ਪਾਰਟੀ 'ਚ ਪ੍ਰਚਾਰ ਜਿਹਾ ਕਰਦਾ ਹੁੰਦਾ ਸੀ, ਅਤੇ ਉਦੋਂ ਦੀ ਇਹਦੇ ਨਾਲ ਮੇਰੀ ਲੱਗਦੀ ਚੱਲੀ ਆਉਂਦੀ ਆ। ਅਤੇ ਬਾਈ ਨੇ ਗੁਰਚੇਤ ਚਿੱਤਰਕਾਰ ਨੇ ਮੇਰੇ 'ਤੇ ਫਿਲਮ ਵੀ ਬਣਾਈ ਸੀ, ਮੇਰੇ 'ਤੇ ਚੀਮੇ 'ਤੇ ਵਧਾਈਆਂ ਬਾਈ ਨੂੰ, ਉਹਦੇ ਮੁੰਡੇ ਦਾ ਵਿਆਹ ਹੋ ਗਿਆ। ਚੱਲ ਨਾਲ ਹੀ ਹੁਣ ਪੋਤਾ ਰਲ ਜੂ, ਵਧੀਆ ਫਿਲਮਾਂ ਬਣਾਇਆ ਕਰਨਗੇ, ਸਾਰਾ ਕੰਮ ਸੈੱਟ ਆ। ਅਤੇ ਉਹਦੇ ਨਾਲ ਆਪਣੀ ਜਾਰੀ ਹੈ। ਅਤੇ ਮੈਨੂੰ ਆ ਗਿਆ ਸੀ ਕਾਰਡ ਦੇਣ, ਅਤੇ ਬਰਨਾਲਿਓ ਮੋੜਤਾ ਨੇ ਐਲੀ ਮੰਗਟ ਨੇ। ਐਲੀ ਮੰਗਟ ਨਾਲ ਮੇਰੀ ਬਣਦੀ ਨਹੀਂ, ਤੁਹਾਨੂੰ ਪਤੀ ਆ। ਐਲੀ ਮੰਗਟ ਅਤੇ ਵੱਡਾ ਗਰੇਵਾਲ ਵਿਆਹ ਆਏ ਸੀ ਗੁਰਚੇਤ ਚਿੱਤਰਕਾਰ ਦੇ ਮੁੰਡੇ ਦੇ। ਅਤੇ ਇਹ ਕਿਹੜਾ ਹੈਗਾ ਗਾ ਵੀ ਬਿੰਦ ਰੱਖੀਏ ਵਾਂਗੂ ਹੇਕਾ ਲਾਉਂਦਾ, ਇੱਦੂ ਵਧੀਆ ਤਾਂ ਮੈਂ ਖੜਾ ਲਾ ਜਾਂਦਾ ਇਹਦੇ। ਅਤੇ ਨਾਲੇ ਇਹਦਾ ਨਹੀਂ ਪਤਾ ਪੈਸੇ ਵੀ ਲੈ ਗਿਆ ਹੋਵੇ ਬਾਈ ਗੁਰਚੇਤ ਚਿੱਤਰਕਾਰ ਤੋਂ। ਚੱਲ ਪੈਸੇ ਤਾਂ ਨਹੀਂ ਲੈ ਕੇ ਗਿਆ ਹੋਣਾ, ਕਲਾਕਾਰ ਦੀ ਸਪੋਰਟ ਕਰਦਾ ਗਾ, ਪਰ ਇਹਦਾ ਧੱਕਾ ਗਾ ਬਾਈ ਬਹੁਤ ਜ਼ਿਆਦਾ। ਅਤੇ ਇਹਨੇ ਮੈਨੂੰ ਕਾਰਡ ਨਹੀਂ ਦੇਣ ਦਿੱਤਾ, ਗੁਰਚੇਤ ਚਿੱਤਰਕਾਰ ਨੂੰ ਰੋਕਤਾ। ਅਤੇ ਹੁਣ ਮੇਰੀ ਗੱਲ ਸੁਣੋ, ਮੇਰੇ ਮਾਮੇ ਦਾ ਮੁੰਡਾ ਹੈਗਾ ਗਾ ਮੂਸੇ ਵਾਲਾ, ਉਹ ਇਹਨੂੰ ਇੱਕ ਲਾਈਨ ਜੇ ਇਦੂ ਬਾਅਦ ਗਾਣੇ ਦੀ ਦੇ ਗਿਆ ਤਾਂ ਕਹੇ ਨਹੀਂ ਮੂਸੇ ਵਾਲੇ ਦੇ ਸਿਰ 'ਤੇ ਇਹ ਬੰਦਾ ਹਿੱਟ ਹੋਇਆ ਸੀ। ਮੈਂ ਉਹਦੇ ਮਾਮੇ ਦੇ ਮੁੰਡੇ ਨੂੰ ਫੋਨ ਕਰਦਾ, ਮੂਸੇ ਵਾਲੇ ਨੂੰ ਇੱਕ ਲਾਈਨ ਨਹੀਂ ਦਿੰਦਾ ਉਹਨੂੰ ਗਾਣੇ ਦੀ, ਇਦੂ ਬਾਅਦ ਐਲੀ ਮੰਗਟ ਨੂੰ ਫਿਰ ਇਹ ਤੋਂ ਪੁੱਛਾਂਗੇ। ਅਤੇ ਬਾਕੀ ਇੱਕ ਬਾਈ ਬੱਬੂ ਮਾਨ ਵਾਲੀ ਗੱਲ ਆ ਵੀ ਬੱਬੂ ਮਾਨ ਨੂੰ ਮੇਰੀ ਪੂਰੀ ਸਪੋਰਟ ਆ। ਜਰਮਨ 'ਚ ਬਾਈ ਨੇ ਨਾ ਸੱਪ ਵਾਂਗੂ ਗੋਰੀਆਂ ਨਾ ਸੱਪ ਵਾਂਗੂ ਮੇਲਦੀਆਂ ਸੀ ਬਾਈ ਦੇ ਅਖਾੜੇ 'ਤੇ, ਸੌਣ ਦੀ ਝੜੀ ਦਾ ਗਾਣਾ ਵੀ ਲਾਇਆ ਸੀ। ਬਹੁਤ ਘੈਂਟ ਕੰਮ ਕੀਤਾ ਬਾਈ ਨੇ, ਜਮ੍ਹਾਂ ਸਿਰਾ ਕਰਾਤਾ। ਅਤੇ ਜਿਹੜੇ ਐਲੀ ਵਰਗੇ ਕਹਿੰਦੇ ਹੁੰਦੇ ਜੀ ਬੱਬੂ ਮਾਨ ਨੂੰ ਸਾਡੀ ਸਪੋਰਟ ਆ, ਇਸ ਪੂਰੇ ਪਿੰਡ ਵੀ ਜਾ ਕੇ ਆਏ ਜਦੋਂ ਮਤਲਬ ਪੰਜਾਬ ਆਏ ਸੀ, ਹੁਣ ਵੀ ਮਤਲਬ ਪੰਜਾਬ ਹੀ ਐਲੀ ਮੰਗਟ। ਅਤੇ ਹੁਣ ਐਲੀ ਮੰਗਟ ਨੂੰ ਮੇਰਾ ਜਿਹੜਾ ਮਾਮੇ ਦਾ ਮੁੰਡਾ ਗਾ ਮੂਸੇ ਵਾਲਾ, ਸਿੱਧੂ ਮੂਸੇ ਵਾਲਿਆਂ ਨੂੰ ਇੱਕ ਲਾਈਨ ਵੀ ਨਹੀਂ ਦਿੰਦਾ ਉਹਦੇ ਗਾਣੇ ਦੇ ਸਿਰ 'ਤੇ ਹਿੱਟ ਹੋਇਆ ਇਹ, ਇਹਨੂੰ ਇੱਕ ਪੈਰਾ ਵੀ ਨਹੀਂ ਦਿੰਦਾ ਹੁਣ, ਆਪਣੀ ਗਰੰਟੀ ਆ। ਅੜ ਜਾ ਇੱਕ ਮਿੰਟ ਮੈਂ ਪਾਣੀ ਦੇਖਣਾ ਥੋੜ੍ਹਾ ਜਿਹਾ। ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰ ਦਿਓ, ਟੁੱਟਦਾ ਕਰ ਦਿਓ ਲਾਈਕ। ਹਾਂ ਲਓ ਵੀ 622 ਜਣੇ ਹੋ ਗਏ, ਪਾਣੀ ਦੇਖ ਲਾ ਮਾੜਾ, ਫਿਰ ਤੁਹਾਨੂੰ ਸਾਰੀ ਕਹਾਣੀ ਦੱਸਦਾ ਵੀ ਐਲੀ ਮੰਗਟ ਨੇ ਕਿਉਂ ਨਹੀਂ ਕਾਰਡ ਦੇਣ ਦਿੱਤਾ ਵਿਆਹ ਵਾਲਾ। 634 ਜਣੇ, ਹਾਂ ਖੜ ਜਾਓ ਕਰਾਉਣੇ ਆ ਸਿਰਾ। ਹੋਰ ਚੱਲਦੀ ਵੀਡੀਓ ਸ਼ੇਅਰ ਕਰੋ, ਸਾਰਾ ਮੁੱਦਾ ਦੱਸੂ ਤੁਹਾਨੂੰ ਮੈਂ। ਪਾਣੀ ਛੱਡਿਆ ਮੈਨੂੰ, ਪਾਣੀ ਖੇਤ ਨਾ ਟੁੱਟ ਜੇ ਅਤੇ ਮੁੜ ਕੇ ਬੁੜਾ ਪਿੱਛੇ ਕਹੀ ਲਈ ਫਿਰ ਇਹ ਵੀ ਤੂੰ ਤਾਂ ਕੰਮ ਹੀ ਖਰਾਬ ਕਰਾਇਆ ਖੇਤ, ਉਹ ਵੀ ਕੰਮ ਗਲਤ ਹੋਜੂ। ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰ ਦਿਓ। ਲਓ ਬਈ 596 ਲਓ ਵੀ ਰਿਕਾਰਡ ਟੁੱਟ ਗਏ, ਵੱਧ ਤੋਂ ਵੱਧ ਲੋਕ ਦੇਖੀ ਜਾਂਦੇ। ਲਓ ਵੀ ਐਲੀ ਮੰਗਟ ਦੀ ਤੁਹਾਨੂੰ ਕਰਤੂਤ ਦੱਸ ਦੇਣਾ, ਇਹਨੇ ਵੀ ਗੁਰਚੇਤ ਚਿੱਤਰਕਾਰ ਤੋਂ ਮੈਨੂੰ ਉਹ ਕਾਰਡ ਨਹੀਂ ਦੇਣ ਦਿੱਤਾ, ਉਹਦੇ ਮੁੰਡੇ ਦੇ ਵਿਆਹ 'ਚ ਜਾਣਾ ਸੀ ਅਤੇ ਮੈਂ ਤਾਂ ਮੰਜੇ ਬਿਸਤਰੀ ਵੀ ਇਕੱਠੇ ਕਰਾਉਣ ਦਾ, ਲੱਡੂ ਵੀ ਪਟਾ ਆਉਂਦਾ ਇਹਨੇ। ਐਲੀ ਮੰਗਟ ਨੇ ਕੀ ਕੀਤਾ ਗਿਆ, ਕਿਹੜਾ ਬਿੰਦ ਰੱਖਿਆ ਸੀ ਏਕਾ ਲਾਉਣ ਨੂੰ ਅਤੇ ਆ ਕੇ ਭੱਜ ਗਿਆ 10 ਮਿੰਟ, ਅਤੇ ਬਹੁਤ ਮਾੜੀ ਗੱਲ ਹੈ ਇਹਦੀ। ਜੇ ਦੇਖਣ ਤਾਂ ਮੇਰੇ ਨਾਲ ਸਿੱਧਾ ਦੇਖ ਲਏ, ਪਹਿਲਾਂ ਹੀ ਮੇਰੇ ਨਾਲ ਇਹਦੇ ਅੱਜ ਤੋਂ ਸਾਲ ਪਹਿਲਾਂ ਲੜਾਈ ਹੋ ਗਈ ਸੀਗੀ, ਅਤੇ ਇਹਨੂੰ ਬੋਲਣ ਦੀ ਵੀ ਅਕਲ, ਬਹੁਤ ਗਲਤ ਬੋਲਦਾ ਬੰਦਾ ਇਹ ਐਲੀ ਮੰਗਟ, ਤੁਸੀਂ ਸਾਰੇ ਜਾਣਦੇ ਹੋ ਇਹਨੂੰ। ਅਤੇ ਹੋਰ ਦੱਸੋ ਬਾਈ ਕੀ ਹਾਲ ਆ। ਅਤੇ ਬੱਬੂ ਮਾਨ ਨੇ ਤਾਂ ਬਾਈ ਜਮ੍ਹਾਂ ਸਿਰਾ ਕਰਾਤਾ ਯਾਰ, ਜਮ੍ਹਾਂ ਸਿਰੇਲਾ ਦੀ ਕਹਾਣੀ ਜਮ੍ਹਾਂ। ਅਤੇ ਬਾਈ ਨੇ ਜਰਮਨ ਦੀਆਂ ਗੋਰੀਆਂ ਮੇਲਣ ਲਾ ਦੀਆਂ ਸੱਪ ਵਾਂਗੂ, ਜਿਹੜੇ ਐਲੀ ਮੰਗਟ ਕਹਿੰਦੇ ਸੀ ਬੱਬੂ ਮਾਨ ਨੂੰ ਸਪੋਰਟ ਕਰਦੇ ਬਾਈ ਦੇ। ਇਸਕਪੁਰਾ ਪਿੰਡ ਜਿਹੜਾ ਵਸਾਇਆ ਵਾ ਉੱਥੇ ਵੀ ਮਤਲਬ ਜਾ ਕੇ ਆਇਆ ਗਾ, ਅਤੇ ਮਤਲਬ ਇਹਨੇ ਪੇਜ 'ਤੇ ਸ਼ੇਅਰ ਕੀਤੇ ਨਹੀਂ ਐਲੀ ਮੰਗਟ ਨੇ ਬੱਬੂ ਮਾਨ ਬਾਰੇ, ਬਸ ਉੱਤੋਂ ਉੱਤੀ ਜਾਰੀਆਂ ਰੱਖਦੇ। ਮੈਂ ਤਾਂ ਬਾਈ ਬੱਬੂ ਮਾਨ ਨੂੰ ਦਿਲੋਂ ਸਲਾਮ ਕਰਦਾ, ਅਤੇ ਬੱਬੂ ਮਾਨ ਦਾ ਟੈਟੂ ਵੀ ਮੈਂ ਜਲਦੀ ਸਵਾ ਕੇ ਲਿਆਊਂਗਾ, ਬੱਬੂ ਮਾਨ ਦੀ ਫੋਟੋ ਦਾ ਸਿਰਾ ਬੰਦਾ ਗਾ। ਅਤੇ ਲਾ ਬਾਈ ਮੈਂ ਤੁਹਾਨੂੰ ਹੁਣ ਦੱਸ ਦਿੰਦਾ ਵੀ ਇਹ ਬਹੁਤ ਧੱਕਾ ਗਿਆ ਇਹਦਾ। ਮੈਂ ਤਾਂ ਹੁਣ ਮੰਜੇ ਬਿਸਤਰੇ ਇਕੱਠੇ ਕਰਾਉਂਦਾ, ਗੁਰਚੇਤ ਚਿੱਤਰਕਾਰ ਨਾਲ ਲੱਡੂ ਪਟਾਉਂਦਾ, ਸਾਰਾ ਕੁਛ ਕਰਾਉਂਦਾ, ਅਤੇ ਇਹ ਬੰਦਾ ਦੇਖ ਲਓ, ਇਹਨੇ ਮੈਨੂੰ ਕਾਰਡ ਨਹੀਂ ਦੇਣ ਦਿੱਤਾ, ਕੋਈ ਚੱਕਰੀ ਨਹੀਂ, ਨਾ ਦੇਣ ਦਿੱਤਾ ਤਾਂ ਕੋਈ ਚੱਕਰੀ ਨਹੀਂ, ਨਹੀਂ ਦਿੰਦਾ ਤਾਂ ਨਾ ਦੇਣ ਦੇ। ਅਤੇ ਕਾਰਡ ਮੈਨੂੰ ਬਾਈ ਨਾਲ ਆਪਣੀ ਜਾਰੀ, ਉਹਨੇ ਤਾਂ ਆਪਣੇ ਮੇਰੇ 'ਤੇ ਚੀਮੇ 'ਤੇ ਫਿਲਮ ਬਣਾਈ ਆ, ਪਰ ਐਲੀ ਮੰਗਟ ਨੇ ਕੀਤਾ ਨਾ ਸਾਰਾ ਕੁਛ, ਐਲੀ ਮੰਗਟ ਨਾਲ ਮੇਰੀ ਬਣਦੀ ਨਹੀਂ ਸੀ। ਅਤੇ ਬਾਈ ਬੱਬੂ ਮਾਨ ਨਾਲ ਕੋਈ ਗੱਲ ਨਹੀਂ ਬਾਈ, ਬੱਬੂ ਮਾਨ ਦਾ ਆਪਣਾ ਯਾਰ ਆ, ਕੋਈ ਚੱਕਰੀ ਨਹੀਂ। ਔਰ ਰੌਲਾ ਤਾਂ ਬਾਈ ਯਾਰ, ਹੋਰ ਬਾਈ ਕੀ ਹਾਲ ਆ, ਰੌਲਾ ਤਾਂ ਇਹ ਆ ਯਾਰ, ਮੇਰੀ ਪਹਿਲਾਂ ਐਲੀ ਮੰਗਟ ਨਾਲ ਇੱਕ ਵਾਰੀ ਲੜਾਈ ਹੋ ਗਈ ਸੀ, ਐਲੀ ਮੰਗਟ ਨੇ ਕਾਰਡ ਨਹੀਂ ਦੇਣ ਦਿੱਤਾ ਗੁਰਚੇਤ ਚਿੱਤਰਕਾਰ ਨੂੰ,
ਤੇ ਜੇ ਮੈਂ ਗਰਜੇ ਚਿੱਤਰਕਾਰ ਦੇ ਮੁੰਡੇ ਦੇ ਵਿਆਹ ਤੇ ਜਾਂਦਾ ਫ੍ਰੀ ਖਾੜਾ ਲਾ ਕੇ ਆਉਂਦਾ ਸਾਰਾ ਕੁਝ ਫ੍ਰੀ ਬੋਲੀਆਂ ਪਾ ਕੇ ਆਉਂਦਾ ਸਾਰਾ ਕੁਝ ਕਰਕੇ ਆਉਂਦਾ ਮੰਜੇ ਬਿਸਤਰੇ ਇਕੱਠੇ ਕਰਾਉਂਦਾ ਲੱਡੂ ਪਟਾਉਂਦਾ 172 ਰਹਿਣਾ ਬਾਈ ਗੱਲ ਇਹ ਆ ਬਈ ਮੇਰੀ ਗੱਲ ਸੁਣ ਲਓ ਤੁਹਾਨੂੰ ਪਤਾ ਗਾ ਪਿਛਲੀਆਂ ਜਦੋਂ ਆਮ ਆਦਮੀ ਪਾਰਟੀਆਂ ਵੋਟਾਂ ਸੀ ਉਹ ਟਾਈਮ 'ਚ ਇੱਲੀ ਮੰਗਟ ਨੇ ਮੇਰੇ 'ਤੇ ਵੀਡੀਓ ਮੇਰੇ ਵਿਰੁੱਧ ਪਾਤੀ ਸੀ ਕਹਿੰਦਾ ਰੰਧਾਵਾ ਮੋਟਰਾਂ 'ਤੇ ਬਹਿ ਕੇ ਨਸ਼ੇ ਕਰਦਾ ਐਂ ਕਰਦਾ ਜਾ ਕਰਦਾ ਇਦੂ ਬਾਅਦ ਮੈਂ ਉਹਦੇ ਵਿਰੁੱਧ ਪਾਤੀ ਸੀ ਵੀਡੀਓ ਵੀ ਤੇਰੇ ਕਿਹੜਾ ਸਕੀਰਾਂ ਨਾਲ ਖੜੇ ਲੱਗਦੇ ਆ ਲਓ ਬਾਈ ਹੁਣ ਗੁਰਚੇਤ ਚਿੱਤਰਕਾਰ ਦੇ ਗੁਰਚੇਤ ਚਿੱਤਰਕਾਰ ਮੇਰਾ ਭਰਾ ਗਾ ਸਮਝ ਲਓ ਬਾਈ ਅਤੇ ਉਹਦੇ ਨਾਲ ਆਪਣੀ ਪੂਰੀ ਦੋਸਤੀ ਆ ਅਤੇ ਉਹਨੇ ਆਪਣੇ 'ਤੇ ਫਿਲਮ ਮੇਰੇ 'ਤੇ ਚੀਮੇ 'ਤੇ ਫਿਲਮ ਵੀ ਬਣਾਈ ਸੀ ਗੁਰਚੇਤ ਚਿੱਤਰਕਾਰ ਨੇ ਅਤੇ ਲਓ ਬਾਈ ਐਲੀ ਮੰਗਟ ਨੇ ਬਾਈ ਬਰਨਾਲੇ ਮੇਰਾ ਬਾਈ ਗੁਰਚੇਤ ਚਿੱਤਰਕਾਰ ਅਤੇ ਬਾਈ ਦੇ ਮੁੰਡੇ ਦਾ ਵਿਆਹ ਸੀ ਰੋਡੂ ਦਾ ਮੇਰੇ ਭਤੀਜ ਦਾ ਅਤੇ ਮੈਂ ਚਾਚੀ ਲੱਗੂੰ ਬਾਈ ਦਾ ਹੁਣ ਜਿਹਦਾ ਵਿਆਹ ਸੀਗਾ ਅਤੇ ਉਹਨੇ ਬਹੁਤ ਘੈਂਟ ਵਿਆਹ ਕੀਤਾ ਅਤੇ ਪਹਿਲਾਂ ਤਾਂ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਗੁਰਚੇਤ ਚਿੱਤਰਕਾਰ ਨੂੰ ਉਹਦੇ ਮੁੰਡੇ ਦਾ ਵਿਆਹ ਹੋ ਗਿਆ ਕਿਉਂਕਿ ਪਹਿਲਾਂ ਪਿਓ ਪੁੱਤ ਫਿਲਮਾਂ ਬਣਾਈ ਜਾਂਦੇ ਆ ਅਤੇ ਇੰਨੇ ਪਰਮਾਤਮਾ ਦੀ ਮਿਹਰ ਨਾਲ ਬਾਈ ਦਾ ਜਦੋਂ ਪੋਤਾ ਹੋ ਗਿਆ ਨਾਲ ਹੀ ਉਹ ਲੱਗ ਜੂ ਘਰ ਦੀ ਚੱਲ ਪੂ ਫਿਲਮ ਜੋੜੀ ਵਧੀਆ ਹੋ ਜੂ ਕੰਮ ਬਾਈ ਗੁਰਚੇਤ ਚਿੱਤਰਕਾਰ ਨੂੰ ਵੱਧ ਤੋਂ ਵੱਧ ਵਧਾਈਆਂ ਮੇਰੇ 'ਤੇ ਚੀਮੇ 'ਤੇ ਫਿਲਮ ਵੀ ਬਣਾਈ ਸੀ ਬਾਈ ਨੇ ਬਾਈ ਪਿਛਲੀਆਂ ਆਮ ਆਦਮੀ ਪਾਰਟੀਆਂ ਵੋਟਾਂ 'ਚ ਮੈਂ ਉਲਝਿਆ ਸੀ ਉਦੋਂ ਇਹਦੇ ਨਾਲ ਮੇਰੀ ਲੜਾਈ ਹੋਈ ਸੀ ਐਲੀ ਮੰਗਟ ਦੀ ਇਹ ਰੱਬ ਆ ਕੁਦਰਤ ਆ ਇੱਥੇ ਪਾਪ ਦੇ ਸਾਰੇ ਕਹਿਦੇ ਨਿਬੇੜੇ ਹੁੰਦੇ ਆ ਬਾਈ ਕੋਈ ਚੱਕਰ ਨਹੀਂ ਆਪਣਾ ਰੱਬ ਆ ਜਿੱਦੇ ਕੁਛ ਬਣਨਾ ਹੋਇਆ ਬਣ ਜੂ ਨਹੀਂ ਬੈਠੇ ਹਾਂ ਇੱਥੇ ਖੇਤ ਕਿੱਲਾ ਹੋਰ ਠੇਕੇ 'ਤੇ ਲੈ ਲਵਾਂਗੇ ਹੋਰ ਕੀ ਹੈ ਚੱਲ ਆਪਦੀ ਘਰ ਦੀ ਜੇ 2 ਕਿੱਲੇ ਆ ਤਾਂ 2 ਕਿੱਲੇ ਠੇਕੇ ਦੇ ਕੇ ਲੈ ਕੇ ਡੰਗ ਡੁੰਗ ਲਾ ਲਵਾਂਗੇ ਕੋਈ ਚੱਕਰ ਨਹੀਂ ਪਰ ਐਲੀ ਮੰਗਟ ਕੋਈ ਗੱਲ ਨਹੀਂ ਵਿਆਹ 'ਤੇ ਸੱਦਣ ਦਿੱਤਾ ਕੋਈ ਚੱਕਰ ਹੀ ਨਹੀਂ ਬਾਈ ਨੂੰ ਪਰ ਮੁਬਾਰਕਾਂ ਗੁਰਜੀਤ ਹਾਂ ਗੁਰਜੰਟ ਭੁੱਲਰ ਬਾਈ ਕੀ ਹਾਲ ਆ ਚੀਮਾ ਚੂਮਾ ਪਤਾ ਨਹੀਂ ਚੀਮਾ ਗਿਆ ਪਤਾ ਨਾ ਵਿਆਹ 'ਤੇ ਚੀਮੇ ਦਾ ਨਾ ਬਾਈ ਨਾਂ ਲਿਆ ਕਰੋ ਮੇਰੇ ਕੋਲ 706 ਜਾਣੇ ਹੋ ਗਏ ਪਾਣੀ ਪੂਣੀ ਤਾਂ ਦੇਖ ਲਾਂਗੇ ਟੁੱਟਦਾ ਟੁੱਟ ਜਾਣਦੇ ਯਾਰ ਕੋਈ ਚੱਕਰ ਨਹੀਂ ਪਰ ਅੱਜ ਆ ਹਾਂ ਬੱਬੂ ਮਾਨ ਨੇ ਸਿਰਾ ਕਰਾਤਾ ਯਾਰ ਰਿਕਾਰਡ ਭੰਨਦੇ ਬੰਦੇ ਨੇ ਅਤੇ ਬਾਈ ਦਾ ਛੇਤੀ ਇੰਗਲਿਸ਼ ਫਿਲਮ 'ਚ ਵੀ ਗਾਣਾ ਆ ਰਿਹਾ ਗਾ ਜਮ੍ਹਾਂ ਸਿਰਾ ਕਰਾਤਾ ਬੱਬੂ ਮਾਨ ਦਾ ਕੋਈ ਹੱਲ ਨਹੀਂ ਗਾ ਕੋਈ ਪ੍ਰਮੋਸ਼ਨ ਨਹੀਂ ਕਰਦਾ ਕੋਈ ਟੀਵੀ 'ਤੇ ਆਉਂਦਾ ਨਹੀਂ ਕੁਛ ਵੀ ਨਹੀਂ ਕਰਦਾ ਬਾਈ ਤਾਂ ਉਹੀ ਹਿੱਟ ਆ ਯਾਰ ਉਹਦਾ ਕੋਈ ਹੱਲ ਨਹੀਂ ਬਾਈ ਵੀਡੀਓ ਡਾਇਰੈਕਟਰ ਜਤਿੰਦਰਪਾਲ ਗਿੱਲ ਬਾਈ ਵੀਡੀਓ ਡਾਇਰੈਕਟਰ ਠੀਕ ਆ ਬਾਈ ਅਤੇ ਹੁਨਰ ਗਿੱਲ ਬਾਰੀ ਬਾਈ ਕੀ ਹਾਲ ਆ ਚੀਮਾ ਕਿਹਦੀ ਬਾਈ ਐਲੀ ਮੰਗਟ ਦੀ ਐਲੀ ਮੰਗਟ ਦੀ ਮੈਨੂੰ ਬੇਇੱਜ਼ਤੀ ਬੂਤੀ ਦਾ ਨਹੀਂ ਪਤਾ ਵੀ ਯਾਰ ਇਹਨੇ ਕਾਰਡ ਨਹੀਂ ਦੇਣ ਦਿੱਤਾ ਗੱਲ ਨਿਬੜਦੀ ਇੱਥੇ ਆ ਪਾਣੀ ਦੇਖ ਪਾਣੀ ਤਾਂ ਨਹੀਂ ਟੁੱਟਦਾ ਅਤੇ 778 ਜਾਣੇ ਹੋ ਗਏ ਬਾਈ ਹੋਰ ਦੱਸੋ ਕੀ ਹਾਲ ਆ ਹਾਂ ਸਿੱਧੂ ਮੂਸੇਵਾਲਾ ਮੇਰੇ ਮਾਮੇ ਦਾ ਮੁੰਡਾ ਉਹਦੇ ਗੀਤਾਂ ਦੇ ਐਲੀ ਮੰਗਟ ਹਿੱਟ ਹੋਇਆ ਸੀ ਨਾ ਹੁਣ ਇਹਨੂੰ ਹੁਣ ਤਾਂ ਕਣਕ ਕੁਣਕ ਬੀਜਤੀ ਬਾਈ ਕੋਈ ਚੱਕਰ ਨਹੀਂ ਪਰਾਲੀ ਦਾ ਤਾਂ ਨਿਬੜ ਗਿਆ ਇਹਨੂੰ ਸਿੱਧੂ ਮੂਸੇਵਾਲਾ ਜੇ ਇੱਕ ਲਾਈਨ ਵੀ ਦੇਗਾ ਨਾ ਗਾਣੇ ਦੀ ਕਹਿ ਦੀ ਮੈਂ ਕਹਿਤਾ ਆਪਦੇ ਮਾਮੇ ਦਾ ਮੁੰਡਾ ਮੇਰਾ ਸਿੱਧੂ ਮੂਸੇਵਾਲਾ ਨੂੰ ਮੈਂ ਫੋਨ ਕਰਤਾ ਐਲੀ ਮੰਗਟ ਤੇਰੀ ਬਹੁਤ ਗੱਲ ਗਲਤ ਜੇ ਪਿਛਲੀਆਂ ਵੀਡੀਓ 'ਚ ਮੇਰੇ ਨਾਲ ਲੜਾਈ ਹੋਈ ਸੀ ਪਰ ਐਂ ਥੋੜ੍ਹਾ ਵੀ ਗੁਰਚੇਤ ਚਿੱਤਰਕਾਰ ਨੂੰ ਬਾਈ ਨੂੰ ਤੂੰ ਕਹਿਤਾ ਉਦੋਂ ਬਾਈ ਨੂੰ ਮੈਂ ਦਿਲੋਂ ਸਲਾਮ ਕਰਦਾ ਗੁਰਚੇਤ ਚਿੱਤਰਕਾਰ ਬਹੁਤ ਘੈਂਟ ਬੰਦਾ ਮੇਰੇ 'ਤੇ ਫਿਲਮ ਵੀ ਬਣਾਈ ਸੀ ਪਰ ਬਈ ਐਲੀ ਮੰਗਟ ਦੀ ਬਹੁਤ ਗੱਲ ਗਲਤ ਆ ਅਤੇ ਬਾਈ ਨੂੰ ਮੋੜਤਾ ਬਰਨਾਲੇ 'ਤੇ ਇੱਕ ਕਾਰਡ ਦੇਣ ਆ ਗਿਆ ਸੀ ਗੁਰਚੇਤ ਚਿੱਤਰਕਾਰ ਮੈਨੂੰ ਅਤੇ ਬਿਨ ਕਾਰਡ ਤਾਂ ਬਾਈ ਕੀ ਜਾਣਾ ਜੇ ਕੋਈ ਬੰਦਾ ਸੱਦੂ ਫੇਰ ਹੀ ਜਾਵਾਂਗੇ ਹੁਣ ਹੋਰ ਸਾਰੇ ਕਲਾਕਾਰ ਮੈਨੂੰ ਸਾਦੀ ਹੈ ਵਿਆਹਾਂ 'ਚ ਸਾਰੇ ਉੱਦਾਂ ਮੈਂ ਬਾਈ ਰਾਜਵੀਰ ਜਮੰਦੇ ਨਾਲ ਵੀ ਗਿਆ ਸੀ ਵਿਆਹ 'ਤੇ ਅਤੇ ਹਾਂ ਆਪਣਾ ਬਾਈ 816 ਜਾਣੇ ਦੇਖਣ ਲੱਗ ਗਏ ਆਪਣਾ ਗਾਣਾ ਆ ਰਿਹਾ ਜਲਦੀ ਜਲਦੀ ਗਰਦ ਉਠਾ ਦਾਂਗੇ ਅਤੇ ਉਹਦੀਆਂ ਲੈਣਾ ਸੁਣਾਉਣਾ 2 ਕੁ ਤੈਨੂੰ ਉਹ ਬਾਲੀ ਫੁਕਰੀ ਨਾ ਝੱਲੇ ਤੇਰਾ ਯਾਰ ਨਹੀਂ ਜੇ ਕੋਈ ਅੜਿਆ ਕੰਨ ਤਾਂ ਗਰਦ ਉਠਾ ਦਾਂਗੇ ਉਹ ਮੁਰਗੇ ਦੇ ਬਾਂਗਰਾਂ ਮਰੋੜ ਦਿਆਂਗੇ ਤੌਣ ਨੂੰ ਚੌਲ ਜੇ ਨਹੀਂ ਪਾਏ ਕਦੇ ਕੀੜਿਆਂ ਦੇ ਪਾਉਣ ਨੂੰ ਜੇ ਕਿਤੇ ਆਈ ਉੱਤੇ ਆ ਗਿਆ ਜੌਣ ਜੋਗੀਏ ਤੇਰੀ ਅੱਖਾਂ ਮੂਹਰੇ ਲਾਸਾਂ ਦੀ ਪਰਤ ਪਾ ਦਾਂਗੇ ਉਹ ਬਾਲੀ ਫੁਕਰੀ ਨਾ ਝੱਲੇ ਤੇਰਾ ਯਾਰ ਨਹੀਂ ਜੇ ਕੋਈ ਅੜਿਆ ਕੰਨ ਤਾਂ ਗਰਦ ਉਠਾ ਦਾਂਗੇ ਜਲਦੀ ਆਊਗਾ ਜੀ ਆਪਣਾ ਗਾਣਾ ਇਹਦੀ ਆਡੀਓ ਸਾਰਾ ਕੁਝ ਫਾਈਨਲ ਹੋ ਗਿਆ ਇਹਦੀ ਇਕੱਲੀ ਵੀਡੀਓ ਬਣਨ ਵਾਲੀ ਆ ਅਤੇ ਵਾਹ ਖਿੱਚ ਰਹੇ ਜਲਦੀ ਰਿਲੀਜ਼ ਕਰਾਏ ਗਾਣਾ ਬਈ ਰਿਕਾਰਡ ਟੁੱਟ ਕੇ 1000 ਜਾਣਾ ਦੇਖਣ ਲੱਗ ਗਿਆ ਚਾਹੁੰਦੇ ਰਹੋ ਧੰਨਵਾਦ ਅਤੇ ਪਾਣੀ ਦੇਖ ਲਾ ਪਾਣੀ ਨਾ ਟੁੱਟ ਜੇ ਮੇਰਾ ਪਾਣੀ ਦਾ ਸਹੀ ਆ ਨਹੀਂ ਟੁੱਟਦਾ ਬਈ ਇੱਧਰ ਗੱਲ ਕਰੋ ਬਾਈ ਇਹਦਾ ਗੱਲ ਇਹ ਸੀ ਵੀ ਐਲੀ ਮੰਗਟ ਦੀ ਮੇਰੀ ਅੱਜ ਤੋਂ ਪਹਿਲਾਂ ਸਾਲ ਲੜਾਈ ਹੋ ਗਈ ਸਾਰੇ ਪੰਜਾਬ ਨੂੰ ਪਤਾ ਐਲੀ ਮੰਗਟ ਨੇ ਬਾਈ ਨੂੰ ਕਾਰਡ ਨਹੀਂ ਦੇਣ ਦਿੱਤਾ ਗੁਰਚੇਤ ਚਿੱਤਰਕਾਰ ਨੂੰ ਅਤੇ ਮੇਰੇ ਭਤੀਜ ਨੂੰ ਵੱਧ ਤੋਂ ਵੱਧ ਵਧਾਈਆਂ ਰੋਡੂ ਨੂੰ ਅਤੇ ਗੁਰਚੇਤ ਚਿੱਤਰਕਾਰ ਨੂੰ ਗਾਹਾਂ ਬਾਈ ਦੇ ਪੋਤਾ ਹੋਏ ਛੇਤੀ ਇਕੱਠੇ ਫਿਲਮ ਬਣਾਉਣ ਲੱਗੇ ਨੇ ਸਾਰਾ ਕੰਮ ਸੈੱਟ ਹੋ ਜਾਵੇ ਬਾਈ ਦਾ ਮੇਰੇ 'ਤੇ ਹੀ ਫਿਲਮ ਬਣਾਈ ਸੀ ਅਤੇ ਬਹੁਤ ਬਹੁਤ ਵਧਾਈਆਂ ਪਰ ਗੁਰਚੇਤ ਚਿੱਤਰਕਾਰ ਬਾਈ ਮੈਨੂੰ ਕਾਰਡ ਦੇਣਾ ਚਾਹੁੰਦਾ ਸੀ ਐਲੀ ਮੰਗਟ ਨੇ ਦੇਣ ਨਹੀਂ ਦਿੱਤਾ ਵੀ ਮੇਰੀ ਰੰਧਾਵੇ ਨਾਲ ਬਣਦੀ ਨਹੀਂ ਕੋਈ ਚੱਕਰ ਨਹੀਂ ਬਾਈ ਤੂੰ ਕਿਹੜਾ ਬਿੰਦ ਰੱਖੀਏ ਵਾਂਗੂ ਹੇਕਾ ਲਾ ਗਿਆ ਜਦੋਂ ਮੈਂ ਵਧੀਆ ਖੜਾ ਲਾਇਆ ਆਉਂਦਾ ਬਾਈ ਦੇ ਉੱਥੇ ਵਿਆਹ 'ਤੇ ਗੁਰਚੇਤ ਚਿੱਤਰਕਾਰ ਦੇ ਬਹੁਤ ਵਧੀਆ ਪੁਰਾਣੇ ਰੀਤੀ ਰਿਵਾਜ਼ਾਂ ਨਾਲ ਬਾਈ ਨੇ ਵਿਆਹ ਕੀਤਾ ਬਹੁਤ ਘੈਂਟ ਕੰਮ ਕੀਤਾ ਅਤੇ ਹੋਰ ਦੱਸੋ ਬਾਈ ਜੇ ਤੁਹਾਡੇ ਕਮੈਂਟਾਂ 'ਚ ਕੋਈ ਤੁਹਾਨੂੰ
ਨਾਂ ਨੂੰ ਲੈਣਾ ਜਿਹੜਾ ਕੁਛ ਕਰਨਾ ਉਹ ਕਰ ਦਿੰਦੇ ਆਪਾਂ। ਹਰਦੇਵ ਸਿੰਘ, ਹਾਂ ਬਾਈ ਠੀਕ ਆ, ਅਤੇ ਸੁੱਖ ਸੋਹਲ ਠੀਕ ਆ ਬਾਈ, ਬਾਈ ਕਹਿੰਦਾ ਸਿਰਾ ਸੌਂਗ ਹਾਂ। ਉਹ ਬਾਲੀ ਫੁਗਰੀ ਨਾ ਝੱਲੇ ਤੇਰਾ ਯਾਰ ਨਹੀਂ, ਜੇ ਕੋਈ ਅੜਿਆਰ ਕੰਨ ਤੰਗ। ਲਓ ਜੀ ਦੋਸਤੋ, ਅੱਜ ਦੀ ਵੀਡੀਓ ਇੱਥੇ ਖਤਮ ਹੁੰਦੀ ਹੈ, ਅਤੇ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ। ਜਦ ਤੱਕ ਲਈ ਸਤਿ ਸ਼੍ਰੀ ਅਕਾਲ, ਸਬਸਕ੍ਰਾਈਬ ਕਰ ਲਓ ਲਾਈਵ ਰਿਕਾਰਡਸ ਨੂੰ ਹੋਰ ਵਧੀਆ ਵਧੀਆ ਵੀਡੀਓ ਦੇਖਣ ਲਈ। ਲਾਈਵ ਰਿਕਾਰਡਸ।